गैस फैकल्टी प्रोफेसर ने सिक्ख्या मंत्री दे जलंधर कैंट हल्के दे पिंडां विच सिक्ख्या मंत्री अते कांग्रेस सरकार विरोध कीता भंडी प्रचार। जलंधर विखे सिक्ख्या मंत्री प्रगट सिंह दी रिहायश अगे दिन रात दा पक्का मोर्चा अज 19वें दिन बारिश अते खराब मौसम दे बावजूद भी जारी रहा। अज गैस फैकल्टी सहायक प्रोफेसर अते पीएसयू इकाई फरीदकोट दे विद्यार्थियों ने सिक्ख्या मंत्री प्रगट सिंह दे जलंधर कैंट हल्के दे लगभग 6 पिंडां कादियां वाली जगराल सपराए चाननपुर जमशेर खास बंबियां वाली आदि विच घूम के पिंडां दे वसनीकां नाल राबता कायम कीता अते उन्हां नूं इकट्ठा करके उन्हां सामने सरकार दीआं मुलाजम मारू नीतियां संबंधी नुक्कड़ नाटक खेडे अते सिक्ख्या मंत्री प्रगट सिंह अते सरकार द्वारा उन्हां नाल कीते जा रहे अणमनुखी वतीरे संबंधी जाणू करवाया। उन्हां ने कहा कि पिछली 19 सालां तों उह सरकारी कॉलेजां विच पढ़ा रहे हन अते हुण सरकार उन्हां नूं नौकरियां तों बाहर कढ़न जा रही है, जिस कारण उह पिछले लगभग 66 दिनां तों अपनियां तनखाहां कटा के अपने अपने कॉलेजां मूहरे धरने ते बैठे होए सन अते पिछले 19 दिनां तों सिक्ख्या मंत्री प्रगट सिंह दी रिहायश अगे दिन रात दा पक्का मोर्चा लाई बैठे सन ਤਾਂ ਕਿ ਸਰਕਾਰ ਉਹਨਾਂ ਦੀ ਮਜਬੂਰੀ ਸਮਝਦੇ ਹੋਏ ਉਹਨਾਂ ਦੀਆਂ ਮੰਗਾਂ ਮੰਨੇ। ਪਰੰਤੂ ਅੜੀਅਲ ਸਰਕਾਰ ਨੇ ਉਹਨਾਂ ਦੀ ਕਿਸੇ ਮੰਗ ਨੂੰ ਹੁਣ ਤੱਕ ਨਹੀਂ ਵਿਚਾਰਿਆ ਅਤੇ ਉਹਨਾਂ ਦੀਆਂ ਨੌਕਰੀਆਂ ਨੂੰ ਖਤਰਾ ਉਸੇ ਤਰ੍ਹਾਂ ਕਾਇਮ ਹੈ। ਇਸ ਤੇ ਪਿੰਡ ਵਾਸੀਆਂ ਨੇ ਉਹਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਹਾਂ ਪੱਖੀ ਹੁੰਗਾਰਾ ਦਿੱਤਾ ਅਤੇ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਆਪਣਾ ਅੜੀਅਲ ਅਤੇ ਗੈਰ ਮਨੁੱਖੀ ਵਤੀਰਾ ਬਦਲ ਕੇ ਉਹਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਉਹਨਾਂ ਦੀ ਨੌਕਰੀ ਸੁਰੱਖਿਅਤ ਕਰਨੀ ਚਾਹੀਦੀ ਹੈ। ਗੈਸ ਫੈਕਲਟੀ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਨੇ ਇੱਥੇ ਬੋਲਦਿਆਂ ਕਿਹਾ ਕਿ ਸਰਕਾਰ ਉਹਨਾਂ ਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਾ ਕਰੇ, ਪਰੰਤੂ ਉਹਨਾਂ ਨੇ ਜੋ ਕੁਝ ਕਿਹਾ ਉਹ ਕੀਤਾ ਹੈ। ਇਸੇ ਲੜੀ ਵਿੱਚ ਹੁਣ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੋਧ ਭੰਡੀ ਪ੍ਰਚਾਰ ਉਹਨਾਂ ਸ਼ੁਰੂ ਕਰ ਦਿੱਤਾ ਹੈ ਅਤੇ ਅੱਗੇ ਤੋਂ ਅੱਗੇ ਇਹ ਕਾਰਵਾਈ ਹੋਰ ਜ਼ੋਰ ਫੜਦੀ ਜਾਵੇਗੀ ਅਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਜਲੰਧਰ ਕੈਂਟ ਦੇ ਹਲਕੇ ਦੇ ਬਾਕੀ ਪਿੰਡਾਂ ਵਿੱਚ ਵੀ ਇਹ ਭੰਡੀ ਪ੍ਰਚਾਰ ਇਸੇ ਤਰ੍ਹਾਂ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕਰਦੀ। ਇਸ ਮੌਕੇ ਤੇ ਪੰਜਾਬ ਦੇ ਵੱਖ ਵੱਖ ਸਰਕਾਰੀ ਕਾਲਜਾਂ ਤੋਂ ਆਏ ਗੈਸ ਫੈਕਲਟੀ ਸਹਾਇਕ ਪ੍ਰੋਫੈਸਰ ਅਤੇ ਪੀਐਸਯੂ ਫਰੀਦਕੋਟ ਇਕਾਈ ਦੇ ਵਿਦਿਆਰਥੀ ਮੌਜੂਦ ਸਨ। ਲਾਈਵ ਪੰਜਾਬ ਨਿਊਜ਼ ਤੋਂ ਸੋਨੂੰ ਥਾਪਰ ਦੀ ਵਿਸ਼ੇਸ਼ ਰਿਪੋਰਟ। ਬੇਨਤੀ ਕਰਨ ਪਹੁੰਚੇ ਹਾਂ ਪੰਜਾਬ ਦੇ ਅਸੀਂ ਕੋਨੇ ਕੋਨੇ ਤੋਂ ਸਿੱਖਿਆ ਮੰਤਰੀ ਦੇ ਘਰ ਮੂਹਰੇ ਧਰਨੇ ਤੇ ਬੈਠੇ ਹਾਂ। 5 ਮਿੰਟ ਗੱਲ ਕਰਾਂਗੇ, ਕਿਰਪਾ ਕਰਕੇ 5 ਮਿੰਟ ਸਾਡੀ ਗੱਲ ਸੁਣ ਲੈਣੀ ਆ। ਕਾਰਨ ਉਹਦਾ ਇਹ ਆ ਕਿ ਇਸ ਇਲਾਕੇ ਦੇ ਵਿੱਚ ਵੋਟਾਂ ਪਾ ਕੇ ਪ੍ਰਗਟ ਸਿੰਘ ਨੂੰ MLA ਬਣਾਇਆ ਗਿਆ ਸੀਗਾ। ਬਣਾ ਤਾਂ ਉਸ ਲਈ ਗਿਆ ਸੀਗਾ ਉਹ ਵੀ ਚੰਗਾ ਕੰਮ ਕਰੂਗਾ, ਪਰ ਉਸ ਭੱਦਰ ਪੁਲਿਸ ਨੇ ਇੰਨਾ ਚੰਗਾ ਕੰਮ ਕਰਤਾ ਕਿ ਆ ਪਿੱਛੇ ਜੀ ਹੁਣ ਜਦੋਂ ਚੰਨੀ ਮੁੱਖ ਮੰਤਰੀ ਬਣਿਆ ਇਹਨੂੰ ਜਿਹੜਾ ਮਹਿਕਮਾ ਸਿੱਖਿਆ ਦਾ ਮਿਲ ਗਿਆ। ਅਸੀਂ ਪੰਜਾਬ ਦੇ ਵੱਖ ਵੱਖ ਕਾਲਜਾਂ ਦੇ ਵਿੱਚ ਪਿਛਲੇ 15-15 ਸਾਲਾਂ ਤੋਂ ਪੜ੍ਹਾ ਰਹੇ ਸੀਗੇ। 48 ਕਾਲਜ ਨੇ ਪੰਜਾਬ ਦੇ ਵਿੱਚ, 48 ਦੇ ਵਿੱਚੋਂ 1800 ਪੋਸਟਾਂ ਨੇ ਪ੍ਰੋਫੈਸਰਾਂ ਦੀਆਂ, 600 ਖਾਲੀ ਪਈਆਂ ਨੇ, 900 ਤੇ ਅਸੀਂ ਪੜ੍ਹਾ ਰਹੇ ਸੀਗੇ। ਇਹ ਜਿਸ ਦਿਨ ਮੁੱਖ ਮੰਤਰੀ ਸਿੱਖਿਆ ਮੰਤਰੀ ਬਣਿਆ ਇਹਨੇ ਸਾਡੀਆਂ 900 ਦੀਆਂ ਜੜਾਂ ਵੜਤੀਆਂ। 900 ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਘਰ ਘਰ ਰੁਜ਼ਗਾਰ ਦੇ ਰਹੇ ਹਾਂ, ਅਸੀਂ ਕੋਈ ਘਰ ਘਰ ਰੁਜ਼ਗਾਰ ਨਹੀਂ ਦੇ ਰਹੇ। ਆਹ 906 ਪਰਿਵਾਰਾਂ ਦੀ ਇੱਕ ਕੜੀ ਤੁਹਾਡੇ ਸਾਹਮਣੇ ਖੜੀ ਆ, ਬਾਕੀ ਸਾਡੇ ਸਾਥੀ ਦੇ ਘਰ ਮੂਹਰੇ ਪਿਛਲੇ 19 ਦਿਨਾਂ ਤੋਂ ਧਰਨੇ ਤੇ ਬੈਠੇ ਨੇਗੇ। 900 ਪਰਿਵਾਰਾਂ ਨੂੰ ਬੇਰੁਜ਼ਗਾਰ ਕਰਤਾ, 15-15 ਸਾਲ ਸਾਡੇ ਤੋਂ ਕੰਮ ਲਿਆ, ਸਰਕਾਰੀ ਕਾਲਜਾਂ ਦੇ ਵਿੱਚ ਅਸੀਂ ਪੜ੍ਹਾਇਆ, 15 ਸਾਲ ਕੰਮ ਲੈਣ ਤੋਂ ਬਾਅਦ ਹੁਣ ਪ੍ਰਗਟ ਸਿੰਘ ਨੇ ਏਦਾਂ ਕੱਢ ਕੇ ਮਾਰਿਆ ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਕੇ ਮਾਰਦੇ ਆ। 2 ਮਹੀਨੇ ਹੋ ਗਏ ਵੱਖ ਵੱਖ ਕਾਲਜਾਂ ਦੇ ਵਿੱਚ ਧਰਨੇ ਤੇ ਬੈਠੇ ਆ, 19 ਦਿਨ ਹੋ ਗਏ ਇਹਦੇ ਘਰ ਮੂਹਰੇ ਧਰਨੇ ਤੇ ਬੈਠੇ ਆ। ਪਹਿਲੀਆਂ 4 ਰਾਤਾਂ ਖੁੱਲੇ ਅਸਮਾਨ ਦੇ ਥੱਲੇ ਕੱਟੀਆਂ ਨੇ, 5 ਜਦੋਂ ਮੀਂਹ ਆਇਆ ਤਾਂ ਤਰਪਾਲ ਉੱਪਰ ਲਾਉਣ ਲੱਗੇ, ਤਰਪਾਲ ਵੀ ਪੁਲਿਸ ਪ੍ਰਸ਼ਾਸਨ ਨੇ ਸਾਡੇ ਉੱਪਰੋਂ ਖਿੱਚ ਲਈ। ਸਾਰੇ ਜਾਣੇ ਯੂਨੀਵਰਸਿਟੀਆਂ ਤੱਕ ਪੜ੍ਹੇ ਹੋਏ ਨੇ, ਸਾਰੇ ਜਾਣੇ ਹਾਇਰ ਐਜੂਕੇਸ਼ਨ ਉੱਚੀ ਵਿੱਦਿਆ ਪ੍ਰਾਪਤ ਨੇ ਗੇ, ਪਰ ਇਹਦੇ ਕੰਨ ਤੇ ਜੋ ਨਹੀਂ ਸਰਕ ਰਹੀ। ਤੁਹਾਡੇ ਚਰਨਾਂ 'ਚ ਇੰਨੀ ਕੁ ਬੇਨਤੀ ਕਰਨ ਆਇਆ, ਇੱਥੋਂ ਚੁਣ ਕੇ ਗਿਆ 906 ਪਰਿਵਾਰ ਉਹਨੇ ਰੋਡ ਤੇ, ਅਗਲੀ ਵਾਰੀ ਕਿਸੇ ਵੀ ABCDE ਜਿਹਨੂੰ ਮਰਜ਼ੀ ਵੋਟ ਪਾ ਦਿਓ, ਕਿਉਂਕਿ ਅਸੀਂ ਕੋਈ ਪੋਲੀਟੀਕਲ ਬੰਦੇ ਤਾਂ ਹੈ ਨਹੀਂ, ਅਸੀਂ ਤਾਂ ਪ੍ਰੋਫੈਸਰ ਆਂਗੇ, ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਣੇ ਨੂੰ ਪਾ ਦਿਓ। ਪਰ ਇੱਕ ਬੇਨਤੀ ਆ, ਇਹਨੂੰ ਵੋਟ ਨਾ ਪਾਇਓ, ਪ੍ਰਗਟ ਸਿੰਘ ਨੂੰ ਇਹਨੂੰ ਕਿਸੇ ਵੀ ਹਾਲ ਚ ਵੋਟ ਨਾ ਪਾਇਓ। ਐਤਕੀ ਇਹ 906 ਪਰਿਵਾਰ ਰੋੜੇ ਨੇ, ਅਗਲੀ ਵਾਰੀ ਜਿੱਤ ਗਿਆ ਪਤਾ ਨੀ ਪੰਜਾਬ ਦੇ ਹੋਰ ਕਿੰਨੇ ਧੀਆਂ ਪੁੱਤਾਂ ਨੂੰ ਇਹ ਰੋੜ ਦੇਵੇ। ਇੰਨੀ ਕੁ ਬੇਨਤੀ ਤੁਹਾਡੇ ਤੱਕ ਲੈ ਕੇ ਆਵਾਂਗੇ। ਇਸ ਤੋਂ ਪਹਿਲਾਂ ਅਸੀਂ ਕਾਦੀਆਂ ਵਾਲੀ ਜਗਰਾਲ ਸਪਰਾਏ ਤੇ ਜਮਸੂਰ ਖਾਸ ਦੇ ਵਿੱਚ ਜਾ ਕੇ ਆਵਾਂਗੇ। ਆ ਹੁਣ ਤੁਹਾਡੇ ਪਿੰਡ ਦੇ ਵਿੱਚ ਅਗਲੇ 2-4 ਪਿੰਡ ਹੋਰ ਕੱਢਾਂਗੇ।
ਜਿੰਨਾ ਚਿਰ ਇਲੈਕਸ਼ਨ ਨਹੀਂ ਹੁੰਦੀ ਉਸ ਇਲਾਕੇ ਦੇ ਵਿੱਚ ਪਹੁੰਚਦੇ ਰਹਾਂਗੇ। ਕਾਰਨ ਇਹ ਆ ਕਿ ਸਾਡੇ ਦਾ ਜ਼ੋਰਾਂ ਵੱਧਦੀ ਆ, ਤੁਸੀਂ ਠੁੱਬਾ ਉਸ ਇਹਨੂੰ ਵੀ ਲਾ ਕੇ ਜਾਵਾਂਗੇ। ਸਾਡੀ ਇੰਨੀ ਕੁ ਬੇਨਤੀ ਵੱਲ ਗੌਰ ਕਰਿਓ। ਅਖੀਰ ਦੇ ਵਿੱਚ ਸਾਡਾ ਵਿਦਿਆਰਥੀ, ਕਿਉਂਕਿ ਵਿਦਿਆਰਥੀ ਤੇ ਅਧਿਆਪਕ ਦਾ ਰਿਸ਼ਤਾ